ਪੰਜਾਬ ਪੁਲਿਸ ਕੋਰੋਨਾ ਮਹਾਮਾਰੀ ਦੇ ਚਲਦਿਆਂ ਪ੍ਰਸ਼ਾਸਨ ਦੇ ਹੁਕਮਾਂ ਅਨੁਸਾਰ ਦਿਨ ਰਾਤ ਸਾਡੇ ਲਈ ਜੁਟੀ ਹੋਈ ਹੈ। ਉੱਥੇ ਹੀ ਇਹਨਾਂ ਪੁਲਿਸ ਮੁਲਾਜ਼ਮਾਂ ਦੀ ਹੌਸਲਾ ਅਫਜਾਈ ਵਧਾਉਣ ਦੇ ਲਈ ਬਰਨਾਲਾ ਦੇ SSP ਨੇ ਹੋਮਗਾਰਡ ਦੇ ਜਵਾਨਾਂ ਨਾਲ ਲੰਚ ਕੀਤਾ ਤੇ ਥਾਣੇ ਵਿੱਚ ਖਾਣਾ ਬਣਾਉਣ ਵਾਲੀਆਂ ਮਹਿਲਾਵਾਂ ਨੂੰ ਮਾਸਕ ਵੀ ਵੰਡੇ। ਪੁਲਿਸ ਦੇ ਮੁਲਾਜ਼ਮਾਂ ਦੀ ਹੌਸਲਾ ਅਫਜਾਈ ਕਰਦੇ ਹੋਏ SSP ਸੰਦੀਪ ਗੋਇਲ ਨੇ ਕਿਹਾ ਕਿ ਪੁਲਿਸ ਮੁਲਾਜ਼ਮ ਲੋਕਾਂ ਨੂੰ ਕੋਰੋਨਾ ਵਾਇਰਸ ਤੋਂ ਬਚਾਉਣ ਲਈ 20-20 ਘੰਟੇ ਡਿਊਟੀ ਕਰਦੇ ਆ ਅਤੇ ਨਾਕੇ ਤੇ ਡਿਊਟੀ ਕਰ ਰਹੇ ਸਾਰੇ ਪੁਲਿਸ ਮੁਲਾਜ਼ਮਾਂ ਦੇ ਖਾਣ ਪੀਣ ਦਾ ਧਿਆਨ ਵੀ ਰੱਖਿਆ ਜਾ ਰਿਹਾ ਹੈ। ਉਹਨਾਂ ਨੂੰ PPE ਕਿੱਟਾਂ, ਮਾਸਕ, ਦਸਤਾਨੇ, ਸੈਨੇਟਾਈਜ਼ਰ ਵੀ ਮੁਹੱਈਆ ਕਰਵਾਇਆ ਗਿਆ ਹੈ ਅਤੇ ਉਹ ਖੁਦ ਵੀ ਲੋਕਾਂ ਨੂੰ ਕੋਰੋਨਾ ਵਾਇਰਸ ਤੋਂ ਸੁਚੇਤ ਕਰਨ ਲਈ 85 ਤੋਂ ਜ਼ਿਆਦਾ ਪਿੰਡਾਂ ਵਿੱਚ ਸੈਮੀਨਾਰ ਲਗਾ ਚੁੱਕੇ ਨੇ ਜਿੱਥੇ ਉਹਨਾਂ ਨੇ ਜ਼ਿਲ੍ਹੇ ਦੇ ਅੰਦਰ ਅਮਨ ਕਾਨੂੰਨ ਦੀ ਸਥਿਤੀ ਪੂਰੀ ਤਰ੍ਹਾਂ ਬਰਕਰਾਰ ਰੱਖੀ ਹੋਈ ਹੈ। ਉੱਥੇ ਹੀ ਜ਼ਰੂਰਤਮੰਦ ਲੋਕਾਂ ਤੱਕ ਰਾਸ਼ਨ ਵੀ ਪਹੁੰਚਾਇਆ ਜਾ ਰਿਹਾ ਹੈ। ਦੇਖੋ, ਇਸ ਤਰ੍ਹਾਂ ਹੈ, ਜਿਵੇਂ ਤੁਹਾਨੂੰ ਪਤਾ ਹੈ ਕਿ COVID-19 ਦੀ ਮਹਾਂਮਾਰੀ ਚੱਲੀ ਹੋਈ ਹੈ ਅਤੇ ਤਕਰੀਬਨ 1 ਮਹੀਨਾ ਹੋ ਗਿਆ ਹੈਗਾ ਅਤੇ ਸਾਡੀ ਜਿਹੜੀ ਫੋਰਸ ਹੈਗੀ ਹੈ ਅਤੇ ਜਿਹੜੇ ਫਰੰਟਲਾਈਨ ਯੋਧੇ ਨੇ ਜਿਹੜੇ ਦਿਨ ਰਾਤ ਆਪਣੀ ਮਿਹਨਤ ਕਰਕੇ ਲੋਕਾਂ ਨੂੰ ਇਸ ਮਹਾਂਮਾਰੀ ਤੋਂ ਬਚਾ ਰਹੇ ਨੇ, ਅਸੀਂ ਉਹਨਾਂ ਦੇ DGP ਸਾਹਿਬ ਅਤੇ CM ਸਾਹਿਬ ਖਾਸ ਕਰਕੇ ਫੋਰਸ ਦਾ ਵੈਲਫੇਅਰ ਦਾ ਬਹੁਤ ਧਿਆਨ ਰੱਖ ਰਹੇ ਨੇ, ਸਾਨੂੰ ਉਹਨਾਂ ਵੱਲੋਂ ਨਿਰਦੇਸ਼ ਨੇ। ਸੋ ਅਸੀਂ 1-1 ਥਾਣਾ ਜਾ ਕੇ ਅਸੀਂ ਇਹ ਦੇਖ ਰਹੇ ਹਾਂ ਕਿ ਉਹਨਾਂ ਨੂੰ ਅੱਛੀ ਡਾਇਟ ਮਿਲ ਰਹੀ ਹੈ, ਖਾਣਾ ਮਿਲ ਰਿਹਾ, ਖਾਣੇ ਦੀ ਕੁਆਲਿਟੀ ਠੀਕ ਹੈ, ਉਹਨਾਂ ਨੂੰ ਮਲਟੀਵਿਟਾਮਿਨਸ ਮਿਲ ਰਹੇ ਨੇ, ਉਹਨਾਂ ਨੂੰ ਵਿਟਾਮਿਨ ਸੀ ਮਿਲ ਰਹੀ ਹੈ, ਫਰੂਟਸ, ਐਗਸ, ਕੁਆਲਿਟੀ ਆਫ ਦਾ ਫੂਡ। ਸੋ ਇੱਕ ਇਹਨਾਂ ਦਾ ਹੈਗਾ ਕਿ ਇਹ ਅਸੀਂ ਮੈਂ ਆਪਦੀ ਫੋਰਸ ਨੂੰ ਸਲਿਊਟ ਕਰਦਾ ਕਿ ਜਿਹੜਾ ਇਹਨਾਂ ਨੇ ਐਗਜ਼ੈਂਪਲਰੀ ਪ੍ਰੋਫੈਸ਼ਨਲਿਜ਼ਮ ਅਤੇ ਡੈਡੀਕੇਸ਼ਨ ਦਾ ਜਿਹੜਾ ਇਹਨਾਂ ਨੇ ਇਸ ਵਾਰੀ ਡਿਸਪਲੇ ਕੀਤਾ, ਇਸ ਅਣਥੱਕ ਮਿਹਨਤ, ਬਿਨਾਂ ਕਿਸੇ ਕ੍ਰਿਬਿੰਗ ਤੋਂ, ਬਿਨਾਂ ਕਿਸੇ ਸ਼ਿਕਾਇਤ ਤੋਂ, ਔਰ ਵਲੰਟੀਅਰਲੀ, ਮਤਲਬ ਜੇ ਅਸੀਂ ਕਿਸੇ ਨੂੰ ਇੱਥੋਂ ਤੱਕ ਵੀ ਮਿਸਾਲਾਂ ਹੈਗੀਆਂ ਜਿਹਦੇ ਅਸੀਂ ਕਿਸੇ ਨੂੰ ਰੈਸਟ ਅਤੇ ਰੋਟੇਸ਼ਨ ਕਰਨ ਦੀ ਕੋਸ਼ਿਸ਼ ਕਰਦੇ ਹੈਗੇ ਹਾਂ, ਉਹ ਕਹਿੰਦਾ ਕੋਈ ਗੱਲ ਨਹੀਂ ਜੀ, ਮੈਂ ਫਿਰ ਜਾ ਆਵਾਂਗਾ। ਵੀ ਆਰ ਇਨਫੋਰਸਿੰਗ, ਰਾਦਰ ਸਾਨੂੰ ਇਨਫੋਰਸ ਕਰਨੀ ਪੈ ਰਹੀ ਹੈ, ਇੰਪਲੀਮੈਂਟ ਨਹੀਂ, ਇਨਫੋਰਸ ਕਰਨੀ ਪੈ ਰਹੀ ਹੈ ਕਈਆਂ ਨੂੰ ਕਿ ਤੁਸੀਂ ਰੋਟੇਸ਼ਨ 'ਤੇ ਜਾਓ, ਤੁਸੀਂ ਆਪਦੀ ਰੈਸਟ ਕਰੋ। ਸੋ ਸਲਿਊਟ ਫਰੋਮ ਦੀ ਹਾਰਟ ਦੀ ਜੋ ਬਰਨਾਲਾ ਪੁਲਿਸ ਨੇ ਅਤੇ ਪੰਜਾਬ ਪੁਲਿਸ ਨੇ ਸਾਰੇ ਵੱਡੇ ਸਕੇਲ 'ਤੇ ਜੋ ਇਹ ਇਸ ਔਖੇ ਸਮੇਂ ਦੇ ਵਿੱਚ ਆਪਣਾ ਜਿਹੜਾ ਕਹਿੰਦੇ ਜੋ ਪੰਜਾਬ ਪੁਲਿਸ ਸੈਕਿੰਡ ਟੂ ਨਨ, ਵਾਕਈ ਪੰਜਾਬ ਪੁਲਿਸ ਸੈਕਿੰਡ ਟੂ ਨਨ, ਐਂਡ ਆਈ ਸਲੂਟ ਈਚ ਐਂਡ ਐਵਰੀ ਪਰਸਨ ਆਫ ਦੀ ਪੰਜਾਬ ਪੁਲਿਸ। ਬਰਨਾਲਾ ਪੁਲਿਸ ਦਾ ਮੈਂ ਮੁਖੀ ਹਾਂ, ਮੈਨੂੰ ਬਹੁਤ ਮੈਂ ਸੁਭਾਗਿਆਸ਼ਾਲੀ ਸਮਝਦਾ ਆਪਦੇ ਆਪ ਨੂੰ। ਸੋ ਮੇਰੇ ਯਾਰ ਰੈਂਕ ਐਂਡ ਫਾਈਲ, ਮੇਰੀਆਂ ਬੱਚੀਆਂ ਜਿਹੜੀਆਂ, ਮੇਰੇ ਸਬ ਇੰਸਪੈਕਟਰਸ, ਮੇਰੇ ਆਫਿਸਰਸ, ਮੇਰੇ SP ਸਵਾਨ, ਹੋਮਗਾਰਡਸ ਦੇ ਜਵਾਨ ਸਾਡੇ, ਦੇ ਆਰ ਡੂਇੰਗ ਵੰਡਰਫੁਲ ਜੋਬ ਇਨ ਦਿਸ ਮੂਮੈਂਟ ਆਫ ਕ੍ਰਾਈਸਿਸ। CM ਸਾਹਿਬ ਦਾ ਜੋ ਸਾਡੇ ਉੱਤੇ ਆਸ਼ੀਰਵਾਦ ਹੈ, ਉਹਨਾਂ ਨੇ ਸਾਨੂੰ ਬੈਸਟ ਵਿਸ਼ਿਸ ਭੇਜੀਆਂ ਹੈਗੀਆਂ, ਅਤੇ ਮੈਂ ਵੀ ਵਾਹਿਗੁਰੂ ਅੱਗੇ ਇਹੀ ਰਹੂੰਗਾ ਕਿ ਪ੍ਰਾਰਥਨਾ ਕਰਾਂਗਾ ਉਹਦੇ ਚਰਨਾਂ ਦੇ ਵਿੱਚ ਕਿ ਸਾਡਾ ਬਰਨਾਲਾ ਜਿਹੜਾ ਡਿਸਟ੍ਰਿਕਟ ਹੈਗਾ, ਸਾਰਾ ਪੰਜਾਬ, ਸਾਰਾ ਸਾਡਾ ਦੇਸ਼, ਅਤੇ ਸਾਰਾ ਕਰੋਨਾ ਮੁਕਤ, ਛੇਤੀ ਛੇਤੀ ਕਰੋਨਾ ਮੁਕਤ ਹੋਵੇ। ਦੇਖੋ, ਇਹ ਜਿਹੜਾ ਪੰਜਾਬ ਪੁਲਿਸ ਹੈ ਨਾ, ਪੰਜਾਬ ਪੁਲਿਸ ਦਾ ਬੜੇ ਮਲਟੀ ਟਾਸਕਿੰਗ ਹੈਗੀ ਹੈ। ਤੁਸੀਂ ਦੇਖਿਆ ਹੋਣਾ, ਸਾਡੇ ਕਈਆਂ ਨੇ ਵੀਡੀਓਜ਼ ਬਣਾਈਆਂ ਹੈਗੀਆਂ, ਇਨਕਰੇਜਿੰਗ ਮੈਸੇਜ ਦਿੱਤੇ ਨੇ, ਸਿੰਗਰਸ ਨੇ ਸਾਡੇ ਦੇ ਵਿੱਚ, ਕੋਈ ਡਰਾਮਾ ਦੇ ਵਿੱਚ ਦੇ ਸ਼ੇਪ ਨਾਲ ਦੇ ਰਿਹਾ, ਕੋਈ ਨਾਟਕ ਕਾਂਗੀ ਦੇ ਸ਼ੇਪ ਦੇ ਵਿੱਚ ਕੁਛ ਰਾਈਟਿੰਗਸ ਦੇ ਰਹੇ ਨੇ, ਕੁਛ ਐਗਜ਼ੈਂਪਲਰੀ ਦੇਖਿਆ ਹੋਣਾ ਕਿ ਪ੍ਰੈਗਨੈਂਟ ਲੇਡੀ ਇਨ ਮੋਗਾ, ਪ੍ਰੈਗਨੈਂਟ ਲੇਡੀ ਇਨ ਬਰਨਾਲਾ, ਉਹਨੂੰ ਅਸੀਂ ਟਾਈਮ ਸਿਰ ਪਹੁੰਚਾਇਆ। ਸੋ ਇਹ ਮੂਵਮੈਂਟ ਆਫ ਕ੍ਰਾਈਸਿਸ ਦੇ ਵਿੱਚ ਸਾਨੂੰ ਤੁਹਾਨੂੰ ਮਲਟੀ ਟਾਸਕਿੰਗ ਕਰਨੀ ਪੈਂਦੀ ਹੈ, ਤਾਂ ਇਹ ਸਾਡੀ ਫੋਰਸ ਨੇ ਇੰਨੀ ਪ੍ਰੋਫੈਸ਼ਨਲਿਜ਼ਮ ਦਿਖਾਈ ਹੈ, ਇੰਨੀ ਡੈਡੀਕੇਸ਼ਨ ਦਿਖਾਈ ਹੈ। ਸੋ CM ਸਾਹਿਬ ਦਾ ਵੀ ਨਿਰਦੇਸ਼ ਹੈ, DGP ਸਾਹਿਬ ਦਾ ਵੀ ਨਿਰਦੇਸ਼ ਹੈ, ਘਰ ਘਰ ਰੋਟੀ ਪਹੁੰਚਾਉਣੀ ਹੈ, ਕੋਈ ਭੁੱਖਾ ਨਾ ਸੋਵੇ, ਤਾਂ ਅਸੀਂ ਉਹਨਾਂ ਦਾ ਪੈਗਾਮ, ਉਹਨਾਂ ਦਾ ਨਿਰਦੇਸ਼ ਸਾਰੇ ਘਰਾਂ 'ਚ ਲੈ ਕੇ ਜਾ ਰਹੇ ਹਾਂ। ਜਿੰਨਾ ਕੁਛ ਹੋ ਸਕਦਾ ਹੈ, ਹਰ ਵਸੀਲੇ ਤੋਂ ਅਸੀਂ ਇਕੱਠਾ ਕਰਕੇ ਅਸੀਂ ਆਪਦੀ ਕੋਸ਼ਿਸ਼ ਕਰ ਰਹੇ ਹਾਂ। ਹਾਂ, ਖੁਸ਼ੀ ਹੁੰਦੀ ਹੈ,
ਬਿਲਕੁਲ ਖੁਸ਼ੀ ਹੁੰਦੀ ਹੈ, ਇੱਕ ਤਸੱਲੀ ਹੁੰਦੀ ਹੈ ਕਿ ਯੂ ਆਰ ਕੰਟਰੀਬਿਊਟਿੰਗ ਪੋਜ਼ਿਟਿਵਲੀ ਟੂ ਦੀ ਸੋਸਾਇਟੀ। ਪਹਿਲੀ ਗੱਲ ਕਿ ਅਸੀਂ ਕਰੋਨਾ ਤੋਂ ਅਸੀਂ ਲਾਅ ਇਨਫੋਰਸਮੈਂਟ ਕਰਕੇ, ਪ੍ਰਾਇਮਰੀ ਸਾਡੀ ਰਿਸਪੋਂਸੀਬਿਲਟੀ ਪੁਲਿਸ ਦੀ ਇਜ਼ ਆ ਲਾਅ ਇਨਫੋਰਸਮੈਂਟ, ਜੋ ਅਸੀਂ ਉਹਨੂੰ ਮੈਂ ਪ੍ਰਾਈਮ ਅਗੇਤੀ ਸਮਝਾ ਉਹਨੂੰ ਦੇਵਾਂਗਾ। ਤੋ ਇਸ ਕਰਕੇ ਅਸੀਂ ਕਾਫੀ ਆਈ ਥਿੰਕ ਸੋ ਫਾਰ ਵੀ ਹੈਵ ਬੀਨ ਸਕਸੈਸਫੁਲ ਕਿ ਅਸੀਂ ਲੋਕਾਂ ਨੂੰ ਕਨਵਿੰਸ ਵੀ ਕਰ ਚੁੱਕੇ ਹਾਂ ਕਿ ਤੁਸੀਂ ਆਪਣੇ ਘਰਾਂ 'ਚ ਰਹੋ। ਅਸੀਂ ਅੱਛੇ ਜਿਹੜੇ ਵਾਇਲੇਟਰਸ ਹੈਗੇ ਉਹਨਾਂ ਦੇ ਵਿਰੁੱਧ ਅਸੀਂ ਪਰਚੇ ਵੀ ਦਰਜ ਕੀਤੇ ਨੇ। ਓਪਨ ਜੇਲਜ਼ ਦੇ ਵਿੱਚ ਵੀ ਕੱਲ੍ਹ ਅਸੀਂ 40 ਬੰਦਿਆਂ ਨੂੰ ਓਪਨ ਜੇਲ 'ਚ ਭੇਜਿਆ, ਅੱਜ ਵੀ ਸਵੇਰੇ ਅਸੀਂ ਓਪਨ ਜੇਲ 'ਚ ਜਿਹੜੇ ਵਾਇਲੇਟਰਸ ਹੈ, ਕਿਉਂਕਿ ਉਹ ਦੂਜਿਆਂ ਦੀ ਤੰਦਰੁਸਤੀ ਨਾਲ ਖੇਲ ਰਹੇ ਨੇ, ਅਸੀਂ ਉਹ ਵੀ ਲੈ ਰਹੇ ਹਾਂ। ਦੂਸਰਾ ਜਿਹੜਾ ਤੁਸੀਂ ਸੋਸ਼ਲ ਐਸਪੈਕਟ ਕੀਤਾ, ਅਵੇਅਰਨੈਸ, ਡਿਜ਼ਾਸਟਰ ਮੈਨੇਜਮੈਂਟ ਐਕਟ ਦੇ ਥੱਲੇ ਦੇ ਜਦੋਂ ਡਿਜ਼ਾਸਟਰ ਹੋ ਜਾਂਦਾ ਡਿਕਲੇਅਰ, ਉਹਦੇ ਵਿੱਚ ਇੱਕ ਅਵੇਅਰਨੈਸ ਕੈਂਪ ਕੰਪੇਨ ਵੀ ਚਲਾਉਣੀ ਹੁੰਦੀ ਹੈ। ਸੋ ਸਿਵਲ ਪ੍ਰਸ਼ਾਸਨ, ਡੈਪਟੀ ਕਮਿਸ਼ਨਰ ਸਾਹਿਬ, ਸਿਵਲ ਸਰਜਨ, ਆਈ ਸਲੂਟ ਟੂ ਦੀ ਸਿਵਲ ਐਡਮਿਨਿਸਟ੍ਰੇਸ਼ਨ ਐਂਡ ਦੀ ਡਾਕਟਰਸ, ਜਿਹਨਾਂ ਨੇ ਇੰਨਾ ਉਮਦਾ ਕੰਮ ਕੀਤਾ ਇਸ ਜ਼ਿਲ੍ਹੇ ਦੇ ਵਿੱਚ। ਅਸੀਂ ਵੀ ਆਪਣਾ ਬਿੱਟ ਕਰ ਰਹੇ ਹਾਂ ਉਹਦੇ ਵਿੱਚ, ਅਸੀਂ ਆਪਦਾ ਥੋੜ੍ਹਾ ਮੋਟਾ ਜਿਹੜਾ ਜੋ ਮੈਂ ਇਹਦਾ ਕੋਈ ਹਿਸਾਬ ਨਹੀਂ ਰੱਖਦਾ, ਮੈਨੂੰ ਜਿੱਥੇ ਕਹਿੰਦੇ ਮੈਂ ਚਲਾ ਜਾਂਦਾ ਹੈਗਾ। ਅਸੀਂ ਥੋੜ੍ਹਾ ਜਿਹਾ ਆਪਦੀ ਨਾਕੇ ਪੈਟਰੋਲਿੰਗ, ਸਾਰੇ ਆਪਣੇ ਕਰਮਚਾਰੀਆਂ ਦਾ ਹੌਸਲਾ ਅਫਜਾਈ ਵੀ ਕਰਨੀ ਹੁੰਦੀ ਆ, ਉਹਨਾਂ ਨੂੰ ਵੀ ਮਿਲਣਾ ਹੁੰਦਾ। ਮੇਰੇ ਖਿਆਲ ਵੀ ਹੈ ਅਸੀਂ 85 ਤੋਂ ਵੱਧ ਪਿੰਡਾਂ ਨੂੰ ਕਵਰ ਕਰ ਚੁੱਕੇ ਹਾਂ। ਬਿਊਰੋ ਰਿਪੋਰਟ, ਵਿਜ਼ਨ ਪੰਜਾਬ ਟੀਵੀ।